ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿਵਿਆਂਗਾਂ ਲਈ ਉਪਕਰਨ ਅਤੇ ਨਕਲੀ ਅੰਗ ਵਿਤਰਨ ਕੈਂਪ 1 ਜੁਲਾਈ ਦਿਨ ਸੋਮਵਾਰ ਨੂੰ ਬਲੈਕ ਰੋਜ਼ ਕਲੱਬ ਸ੍ਰੀ ਆਰਸੀ ਬਿਲਡਿੰਗ ਮਲੋਟ ਵਿੱਚ ਉਪਮੰਡਲ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ। ਇਸ ਮੌਕੇ ਜ਼ਰੂਰਤਮੰਦਾਂ ਨੂੰ ਟ੍ਰਾਈਸਾਈਕਲ, ਵੀਲਚੇਅਰ, ਕੰਨ ਵਾਲੀਆਂ ਮਸ਼ੀਨਾਂ ਅਤੇ ਨਕਲੀ ਅੰਗ ਆਦਿ ਲਗਾਏ ਗਏ। ਇਸ ਮੌਕੇ ਹਾਜ਼ਰ ਡਿਪਟੀ ਸਪੀਕਰ ਦੇ ਬੇਟੇ ਸਰਦਾਰ ਅਮਨ ਪੱਟੀ, ADC ਡਾਕਟਰ ਰਿਚਾ, SDM ਗੋਪਾਲ ਸਿੰਘ, ਤਹਿਦਾਰ ਬਲਕਾਰ ਸਿੰਘ, ਨਾਇਬ ਤਹਿਸੀਲਦਾਰ ਅਵਿਨਾਸ਼ ਕੁਮਾਰ ਚੰਦਰ, ਕਾਂਗਰਸ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਨੱਥੂ ਰਾਮ ਗਾਂਧੀ ਆਦਿ ਹਾਜ਼ਰ ਸਨ। SDM ਗੋਪਾਲ ਸਿੰਘ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮਲੌੜ ਤੋਂ ਪਵਨ ਸਿੰਘ ਦੀ ਰਿਪੋਰਟ।